ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਫੈਬਰਿਕ ਬਾਸਕਟ DIY। ਸਭ ਤੋਂ ਪਹਿਲਾਂ ਮੈਂ ਕੀ ਕੀਤਾ ਹੈ, ਉਹਦਾ ਆਪਾਂ ਮੇਜ਼ਰਮੈਂਟ ਤਿਆਰ ਕਰਨਾ, ਬਾਸਕਟ ਕਿਵੇਂ ਕਟਿੰਗ ਕਰਨੀ ਹੈ। ਤਾਂ ਉਸ ਤੋਂ ਪਹਿਲਾਂ ਕੀ ਕਰਨਾ, ਮੈਂ ਇੱਕ ਅਖਬਾਰ ਦਾ ਪੀਸ ਲੈ ਲਿਆ ਸੀਗਾ, ਇੱਥੋਂ ਦੀ ਲੈ ਕੇ ਇੱਥੇ ਤੱਕ ਜਿਹੜਾ ਚੌੜਾਈ 51 cm ਹੈ। ਦੇਖੋ ਜੀ 51 cm, ਆ ਉੱਪਰੋਂ ਦੀ ਇੱਥੇ ਥੱਲੇ ਤੱਕ ਇਹ ਵੀ 51 cm ਹੈ। ਆਹ ਜਿਹੜੇ ਮੈਂ ਸਾਈਡ 'ਤੇ ਇਹਨਾਂ ਦੀ ਕਟਿੰਗ ਕੀਤੀ ਹੈ, ਇਹਦਾ ਵੀ ਤੁਹਾਨੂੰ ਮੈਂ ਦੱਸ ਦਿੰਦੀ ਹਾਂ। ਸਾਈਡ 'ਤੇ ਪੀਸ ਐਵੇਂ ਐਵੇਂ ਦਿਖੇਗਾ ਕੱਪੜਾ, ਜਦੋਂ ਆਪਾਂ ਕੱਪੜੇ ਦੀ ਵੀ ਕਟਿੰਗ ਕਰਾਂਗੇ। ਆਹ ਲੰਬਾਈ 15 cm, ਆਹ ਚੌੜਾਈ ਵੀ 15 cm, ਆਹ ਜਿਹੜਾ ਗੈਪ ਹੈ ਇੱਥੋਂ ਦੀ ਇੱਥੇ ਤੱਕ, ਇਹ ਹੈਗਾ 21 cm ਦਾ। ਐਵੇਂ ਸੇਮ ਉੱਧਰ ਵੀ ਕਰਨਾ, ਆ ਸਾਈਡਾਂ 'ਤੇ ਵੀ। ਜਿਹੜਾ ਮੈਂ ਪੈਟਰਨ ਤਿਆਰ ਕੀਤਾ ਹੈ ਇਹ ਵਾਲਾ, ਥੱਲੇ ਕੱਪੜਾ ਰੱਖਤਾ, ਇਹਦੇ ਉੱਤੇ ਹੁਣ ਕੀ ਕਰਾਂਗੀ ਮੈਂ, ਇਹਦੀ ਇਹਨੂੰ ਉੱਤੇ ਰੱਖ ਕੇ ਕੱਪੜੇ ਦੀ ਜਿਵੇਂ ਜਿਵੇਂ ਆ ਪੈਟਰਨ ਹੈਗਾ ਕਟਿੰਗ ਕੀਤੀ ਹੋਈ, ਉਵੇਂ ਉਵੇਂ ਇਹ ਸਾਰਾ ਜਿਹੜਾ ਕੱਪੜਾ ਮੈਂ ਕੱਟ ਲਾਂਗੀ। ਇੱਕ ਮੈਂ ਇਸ ਤਰ੍ਹਾਂ ਦਾ ਪ੍ਰਿੰਟਡ ਕੱਪੜੇ ਦਾ ਕੱਟਾਂਗੀ, ਅਤੇ ਇੱਕ ਮੈਂ ਪਲੇਨ ਦਾ, ਇਹਦੇ ਨਾਲ ਕੰਟਰਾਸਟ ਮੈਚਿੰਗ ਬਲੂ ਕਲਰ ਦਾ, ਉਹ ਮੈਂ ਤੁਹਾਨੂੰ ਕੱਟ ਕੇ ਦਿਖਾਉਂਦੀ ਹਾਂ। ਆਹ ਦੇਖੋ ਜੀ, ਇਸ ਤਰ੍ਹਾਂ ਮੈਂ ਆਹ ਕੱਪੜੇ ਦੀ ਕਟਿੰਗ ਕਰ ਲਿੱਤੀ ਹੈ। ਆਹ ਦੇਖੋ ਇੱਧਰੋਂ ਦੀ ਲੈ ਕੇ ਇੱਥੇ ਤੱਕ ਇਹਦੀ ਚੌੜਾਈ ਹੈਗੀ ਹੈ 51 cm, ਸੇਮ ਇੱਧਰੋਂ ਵੀ 51 cm ਹੋਏਗਾ ਉੱਪਰੋਂ ਦੀ ਲੈ ਕੇ ਨੀਚੇ ਤੱਕ ਇੱਧਰ। ਇਹਦੀ ਵੀ 51 ਹੋਏਗੀ। ਫਿਰ ਜਿਹੜੀ ਆਹ ਗੈਪ ਹੈ ਨਾ ਇਹਦਾ ਨੀਚੇ ਵਾਲਾ, ਆਹ ਇਹ 21 cm ਹੋਏਗਾ। ਆਹ ਦੇਖੋ ਜੀ ਇਹਦੀ ਲੰਬਾਈ 15 cm। ਇਸ ਤਰ੍ਹਾਂ ਮਤਲਬ ਆਹ ਜਿਹੜਾ ਗੈਪ ਹੈ 21 cm ਦਾ ਹੋਵੇ, ਆਹ ਲੰਬਾਈ 15 cm, ਆਹ ਵੀ ਚੌੜਾਈ 15 cm, ਫਿਰ ਜਿਹੜਾ ਆਹ ਗੈਪ ਹੈ ਆਹ ਵੀ 21 cm, ਆਹ 15 cm, ਆਹ ਵੀ 15 cm, ਆਹ 21 cm, ਫਿਰ ਆਹ 15 cm, ਆਹ ਵੀ 15 cm, ਫਿਰ ਆਹ 21 cm। ਇਸ ਤਰ੍ਹਾਂ ਜਿਹੜਾ ਆਪਾਂ ਕਟਿੰਗ ਕਰ ਲੈਂਦੀ ਹਾਂ। ਹੁਣ ਮੈਂ ਦੂਸਰਾ ਕੰਟਰਾਸਟ ਵੀ ਕੱਪੜਾ ਕੱਟ ਕੇ ਦਿਖਾਉਂਦੀ ਹਾਂ ਤੁਹਾਨੂੰ। ਆਹ ਦੇਖੋ ਇੱਕ ਮੈਂ ਪ੍ਰਿੰਟਡ ਕੱਪੜਾ ਕੱਟ ਲਿਆ, ਇੱਕ ਪਲੇਨ ਕੱਟ ਲਿਆ ਉਹਦੇ ਨਾਲ ਮੈਚਿੰਗ ਕਰਦਾ ਹੋਇਆ। ਇਸ ਤੋਂ ਅੱਗੇ ਮੈਂ ਤੁਹਾਨੂੰ ਸਟੈਪ ਦਿਖਾਉਂਦੀ ਹਾਂ ਕੀ ਕਰਨਾ। ਹੁਣ ਅਗਲਾ ਸਟੈਪ ਇਹ ਹੈ ਕਿ ਜਿਹੜਾ ਆਪਾਂ ਇੰਟਰਫੇਸਿੰਗ ਯੂਜ਼ ਕਰਦੇ ਨਾ ਗਲਿਆਂ ਵਾਸਤੇ ਬਣਾਉਣ ਵਾਸਤੇ, ਉਹਦੇ ਉੱਤੇ ਮੈਂ ਦੋਨੋਂ ਪੀਸ ਰੱਖਤੇ, ਪਲੇਨ ਵੀ ਅਤੇ ਪ੍ਰਿੰਟਡ ਵੀ, ਇਸ ਤਰ੍ਹਾਂ। ਅਤੇ ਹੁਣ ਇਹ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਅਤੇ ਇਹਨੂੰ ਪ੍ਰੈੱਸ ਨਾਲ ਚਿਪਕਾ ਦਾਂਗੇ। ਆਹ ਦੇਖੋ ਜੀ ਇਸ ਤਰ੍ਹਾਂ ਮੈਂ ਪ੍ਰੈੱਸ ਨਾਲ ਚਿਪਕਾ ਦਿੱਤੀ ਇੰਟਰਫੇਸਿੰਗ ਜਿਹੜੀ ਹੁੰਦੀ ਹੈ ਦੋਨਾਂ ਸਾਈਡ ਦੋਨਾਂ ਦੀਆਂ। ਅਤੇ ਹੁਣ ਅਗਲਾ ਸਟੈਪ ਆਪਾਂ ਕੀ ਕਰਾਂਗੇ, ਸਟਿਚ ਕਰਾਂਗੇ ਸਟਿਚਿੰਗ ਦਾ, ਮੈਂ ਤੁਹਾਨੂੰ ਸ਼ੇਅਰ ਕਰਦੀ ਹਾਂ ਕਿਵੇਂ ਕਰਨਾ। ਹੁਣ ਕੀ ਕਰਨਾ, ਇੱਧਰੋਂ ਚੱਕ ਕੇ ਕੱਪੜੇ ਨੂੰ ਇਸ ਕਿਨਾਰੇ ਦੇ ਨਾਲ ਆਪਾਂ ਐਂ ਕਰਕੇ ਜੋੜਾਂਗੇ, ਇਸ ਤਰ੍ਹਾਂ ਇੱਥੇ ਇੱਥੇ ਪੈਰ ਪੈਰ ਦੀ ਜਿਹੜੀ ਉਹ ਸੀਨ ਲਗਾਵਾਂਗੇ। ਐਵੇਂ ਕਰ ਕਰਕੇ ਆਪਾਂ ਸਾਰੇ ਜਿਹੜੇ ਕੋਰਨਰ ਹੈ ਆਪਣੇ ਜੋੜੀ ਜਾਣੇ, ਮੈਂ ਤੁਹਾਨੂੰ ਦਿਖਾਵਾਂਗੀ ਸਟੈਪ ਟੂ ਸਟੈਪ। ਆਹ ਦੇਖੋ ਜੀ ਇਸ ਤਰ੍ਹਾਂ ਮੈਂ ਸਿਲਾਈ ਲਗਾ ਤੀ, ਜਿਹੜਾ ਤੁਹਾਨੂੰ ਦੱਸਿਆ ਸੀ ਨਾ ਜੋੜ ਮੈਂ ਲਗਾਉਣਾ, ਹੁਣ ਆਹ ਜੋੜ ਆ ਗਏ ਨਾ, ਇਸ ਤਰ੍ਹਾਂ ਦੇਖੋ ਆਹ ਖੁੱਲ ਜਾਏਗਾ। ਆਹ ਦੇਖੋ ਇਸ ਤਰ੍ਹਾਂ ਬੋਕਸ ਦੀ ਤਰ੍ਹਾਂ ਖੜ੍ਹਾ ਹੋ ਜੂਗਾ। ਹੁਣ ਆਹ ਜਿਹੜਾ ਜੋੜ ਹੈ ਆਹ ਵਾਲੀ ਕਿਨਾਰਾ ਅਤੇ ਆਹ ਕਿਨਾਰਾ ਇਹਨਾਂ ਨੂੰ ਜੋੜ ਦਾਂਗੇ, ਇੱਧਰੋਂ ਦੀ ਇੱਧਰ ਵਾਲੇ, ਆਹ ਸਾਰੇ ਮੈਂ ਤੁਹਾਨੂੰ ਜੋੜ ਕੇ ਦਿਖਾਉਂਦੀ ਹਾਂ। ਆਹ ਦੇਖੋ ਜੀ ਇਸ ਤਰ੍ਹਾਂ ਜੀ ਸਟਿਚਿੰਗ ਕਰਨ ਤੋਂ ਬਾਅਦ ਐਵੇਂ ਤਿਆਰ ਹੋ ਜਾਂਦਾ ਬੋਕਸ ਟਾਈਪ 'ਚ। ਮੈਂ ਦੂਸਰਾ ਵੀ ਸਟਿਚ ਕਰਕੇ ਤੁਹਾਨੂੰ ਦਿਖਾਉਂਦੀ ਹਾਂ। ਆਹ ਦੇਖੋ ਜੀ ਇਸ ਤਰ੍ਹਾਂ ਬਾਸਕਿਟ ਤਿਆਰ ਹੋ ਜਾਂਦੀ ਹੈ, ਹਾਲੀ ਤਾਂ ਹੋਰ ਤਿਆਰ ਕਰਨੀ ਹੈ। ਜਿਵੇਂ ਚਾਰੋਂ ਪਾਸੇ ਸੀਨ ਲਗਾਉਣ ਤੋਂ ਬਾਅਦ ਇਸ ਤਰ੍ਹਾਂ ਬਾਸਕਿਟ ਬਣ ਜਾਂਦੀ ਹੈ ਦੋਨੋਂ। ਹੁਣ ਇਹਨਾਂ ਦੋਨਾਂ ਨੂੰ ਸਿੱਧਾ ਕਰਾਂਗੇ। ਇਸ ਤਰ੍ਹਾਂ ਜਿਵੇਂ ਇੱਕ ਸਾਈਡ ਪੁੱਠਾ ਸਿੱਧਾ, ਐਵੇਂ ਅੰਦਰੋਂ ਸਿੱਧਾ ਅਤੇ ਬਾਹਰੋਂ ਪੁੱਠਾ, ਅਤੇ ਆਹ ਜਿਹੜਾ ਸਿੱਧਾ ਅੰਦਰੋਂ ਇੱਧਰੋਂ ਪੁੱਠਾ, ਇਹਨੂੰ ਆਪਸ ਦੇ ਵਿੱਚ ਇਹਦੇ ਮਿਲਾ ਲਾਂਗੇ, ਇਹਦੇ ਵਿੱਚ ਰੱਖ ਕੇ ਇਸ ਤਰ੍ਹਾਂ। ਆਹ ਅੰਦਰ ਵਾਲਾ ਸਿੱਧਾ ਹੋਣਾ ਚਾਹੀਦਾ, ਆਹ ਵੀ ਸਿੱਧਾ, ਆਹ ਸਿੱਧੇ ਨਾਲ ਸਿੱਧਾ ਮਿਲਾ ਕੇ ਇਸ ਤਰ੍ਹਾਂ ਸਾਰੇ ਨੂੰ ਚਾਰੇ ਪਾਸੋਂ, ਆਹ ਕਿਨਾਰੇ ਨਾਲ ਕਿਨਾਰੇ ਮਿਲਣੀ ਚਾਹੀਦੀ ਆਪਣੀਆਂ, ਅਤੇ ਸੀਨ ਲਗਾ ਦੇਣੀ ਸਾਰੇ ਪਾਸੇ, ਅਤੇ ਇੰਨਾ ਕੁ ਹਿੱਸਾ ਛੱਡ ਦੇਣਾ ਥੋੜ੍ਹਾ ਕੁ ਸਿੱਧਾ ਕਰਨ ਵਾਸਤੇ।
5 6 इंच ਦਾ ਤੇ ਬਾਕੀ ਸਾਰੇ ਚਾਰੋਂ ਪਾਸੇ ਸੀਨ ਲਗਾ ਦੇਣੀ ਬਰਾਬਰ ਫੜ ਕੇ। ਆ ਦੇਖੋ ਜੀ ਚਾਰੇ ਪਾਸੇ ਮੈਂ ਸੀਨ ਲਗਾ ਦਿੱਤੀ ਹੈ। ਇੰਨਾ ਹਿੱਸਾ ਖੁੱਲਾ ਛੱਡਤਾ, ਹੁਣ ਇੱਥੋਂ ਸਿੱਧਾ ਕਰਾਂਗੇ ਇਹਨੂੰ ਆਪਾਂ। ਆ ਦੇਖੋ ਜੀ ਹੁਣ ਇੱਥੋਂ ਦੀ ਮੈਂ ਜਿਹੜਾ ਸਿੱਧਾ ਕਰ ਲਿਆ, ਆ ਜਿਹੜਾ ਇੱਥੋਂ ਸੀਨ ਜਿਹੜੀ ਖੋਲ ਛੱਡੀ ਸੀਗੀ ਇਹਨੂੰ ਇੱਥੋਂ ਫੋਲਡ ਕਰ ਲਾਂਗੇ ਅਤੇ ਨਾਲੇ ਇੱਥੇ ਇੱਥੇ ਬੈਠਵੀਂ ਪ੍ਰੈਸ ਮਾਰ ਦਾਂਗੇ ਇੱਕ ਵਾਰੀ। ਪਹਿਲਾਂ ਅੱਛੀ ਤਰ੍ਹਾਂ ਸਫਾਈ ਨਾਲ ਪ੍ਰੈਸ ਮਾਰ ਕੇ ਫਿਰ ਇੱਥੇ ਕਿਨਾਰੀ 'ਤੇ ਜਿਹੜਾ ਸੀਨ ਲਗਾ ਦਾਂਗੇ। ਮੈਂ ਦਿਖਾਉਂਦੀ ਤੁਹਾਨੂੰ ਨੈਕਸਟ ਅੱਗੇ। ਆ ਦੇਖੋ ਜੀ ਇਸ ਤਰ੍ਹਾਂ ਬਿਲਕੁਲ ਕਿਨਾਰੇ ਕਿਨਾਰੇ 'ਤੇ ਜਿਹੜੀ ਹੈ ਸਫਾਈ ਨਾਲ ਪ੍ਰੈਸ ਕਰਨੀ ਹੈ ਤਾਂ ਕਿ ਕੱਪੜੇ ਦੀ ਨਾ ਸਫਾਈ ਆਵੇ। ਚਾਹੇ ਤੁਸੀਂ ਐਂ ਰੱਖ ਕੇ ਕਰ ਲਓ। ਆ ਦੇਖੋ ਜੀ ਇਸ ਤਰ੍ਹਾਂ। ਆ ਦੇਖੋ ਜੀ ਪ੍ਰੈਸ ਕਰ ਲਿਆ ਚੰਗੀ ਤਰ੍ਹਾਂ ਕਿਨਾਰਿਆਂ ਨੂੰ। ਹੁਣ ਇਹਦੇ 'ਤੇ ਆਪਾਂ ਇੱਥੇ ਬਾਹਰ ਵਾਲੀ ਸਾਈਡ ਸੀਨ ਲਗਾਵਾਂਗੇ ਬੈਠਵੀਂ। ਆ ਦੇਖੋ ਜੀ ਬੈਠਵੀਂ ਸੀਨ ਕਿਨਾਰੇ ਕਿਨਾਰੇ 'ਤੇ ਲਗਾ ਦਿੱਤੀ ਹੈ। ਥੱਲੇ ਇਹਦੇ ਨਾਲ ਦੀ ਮੈਚਿੰਗ ਰੀਲ ਅਤੇ ਉੱਪਰ ਆਹ ਵਾਲੀ ਮੈਚਿੰਗ ਰੀਲ ਲਗਾ ਕੇ ਚਾਰੇ ਕਿਨਾਰਿਆਂ 'ਤੇ ਮੈਂ ਲਗਾ ਦਿੱਤੀ ਹੈ। ਹੁਣ ਇੰਨਾ ਇੰਨਾ ਕੱਪੜਾ ਆਪਾਂ ਬਾਹਰ ਨੂੰ ਫੋਲਡ ਕਰਾਂਗੇ। ਆ ਦੇਖੋ ਜੀ ਇਸ ਤਰ੍ਹਾਂ ਸਾਰੇ ਪਾਸੋਂ ਮੈਂ ਜਿਹੜਾ ਫੋਲਡ ਕਰਤਾ, ਇਹ ਆਪਣੀ ਜਿਹੜੀ ਹੈ ਫੈਬਰਿਕ ਬਾਸਕਿਟ ਜਿਹੜੀ ਹੈ ਤਿਆਰ ਹੋ ਗਈ ਹੈ। ਹੋਪ ਹੈ ਤੁਹਾਨੂੰ ਪਸੰਦ ਆਈ ਹੋਏਗੀ। ਇਹਦੇ ਵਿੱਚ ਤੁਸੀਂ ਆਪਣਾ ਕੋਈ ਵੀ ਘਰ ਦਾ ਸਮਾਨ ਰੱਖ ਸਕਦੇ ਹੋ, ਬੱਚਿਆਂ ਦਾ ਮਟੀਰੀਅਲ ਰੱਖ ਸਕਦੇ ਹੋ ਅਤੇ ਇੱਕ ਯੂਜ਼ਫੁੱਲ ਥਿੰਗਸ ਬਣਾ ਸਕਦੇ ਹੋ। ਅਤੇ ਇਸ ਦੇ ਵਿੱਚ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਕੁਛ ਵੀ ਸਮਝ ਨਹੀਂ ਆਇਆ ਹੋਵੇ ਜਾਂ ਕੋਈ ਕਨਫਿਊਜ਼ਨ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਥੈਂਕ ਯੂ।